ਸਾਤਿਸ਼ਰੀਆ ਗਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਅੱਧੀ ਰਾਤ ਨੂੰ ਲਾਈਵ ਹੋ ਗਿਆ ਸੀਐਮ ਚੰਨੀ ਨੇ ਕੀਤਾ ਇਹ ਕੰਮ ਸਾਰੇ ਪਾਸੇ ਹੋਈ ਚਰਚਾ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਉਹ ਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਹੋ ਨੱਦੀ ਰਾਤ ਨੂੰ ਲਾਈਵ ਹੋ ਕਿ ਮੁੱਖ ਮੰਤਰੀ ਚੰਨੇਵਾਲੇ ਕੰਮ ਕੀਤਾ ਗਿਆ ਜਿਸ ਦੀ ਸਾਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਪ੍ਰਾਪ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚੰਦੀ ਸਿੰਘ ਚੰਨੇਵਾਲੋਂ ਬੀਤੀ ਰਾਤ ਤੋਏ ਵਿੱਚ ਡਿੱਗ ਗਏ ਗਾਂ ਦੀ ਜਾਣ ਪਛਾਈ ਗਈ ਜਿਸ ਕਾਰਨ ਉਹਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਐਤਵਨ ਰੂਪਨਗਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਵਿਖੇ ਮੁੱਖ ਮੰਤਰੀ ਚੰਦੀ ਸਿੰਘ ਚੰਨੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈ ਗਏ ਸੀ ਅਤੇ ਉਹ ਵਾਪਸ ਆਪਣੇ ਘਰ ਜਾ ਰਹੇ ਸਨ ਤੇ ਅੱਧੀ ਰਾਤ ਦੇ ਸਮੇਂ ਕਰੀਬ ਜਦੋਂ ਉਹ ਵਾਪਸ ਆ ਰਹੇ ਸਨ ਤਰਸਤੇ ਵਿੱਚ ਇੱਕ ਗਾਂ ਦੀ ਟੋਏ ਵਿੱਚ ਡਿੱਗੇ ਹੋਏ ਦਿਖਾਈ ਦਿੱਤੇ ਤਾਂ ਉਹਨਾਂ ਵੱਲੋਂ ਉਸ ਗਾਂ ਦੀ ਮਦਦ ਕੀਤੀ ਜਾਣ ਲਈ ਆਪਣੇ ਕਾਫਲੇ ਨੂੰ ਉਸ ਜਗ੍ਹਾ ਤੇ ਰੋਕਿਆ ਗਿਆ ਜਿੱਥੇ ਰਾਹੀਗਰ ਲੋਕਾਂ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਉੱਥੇ ਹੀ ਆਪਣੀ ਸੁਰੱਖਿਆ ਕਮ ਚਾਇਰਨ ਮੁੱਖ ਮੰਤਰੀ ਵੱਲੋਂ ਖੁਦ ਦਿਸ਼ਾ ਨਿਰਦੇਸ਼ ਜਾਰੀ ਕਰਕੇ ਇਸ ਤਰ੍ਹਾਂ ਪੈਰਾ ਤੋਂ ਉਸ ਨੂੰ ਬੰਨ੍ਹ ਕੇ ਉੱਪਰ ਚੱਕਿਆ ਗਿਆ ਤਾਂ ਜੋ ਗਾਂ ਸੁਰੱਖਿਅਤ ਰਹੇ ਉਹਨਾਂ ਵੱਲੋਂ ਖੁਦ ਇਸ ਕੰਮ ਦੀ ਮਦਦ ਕੀਤੀ ਜਾ ਰਹੀ ਹੋਤੀ ਰਸਤੇ ਵਿੱਚ ਹਿਮਾਚਲ ਦੇ ਕੁਝ ਲੋਕਾਂ ਵੱਲੋਂ ਦੀ ਮਦਦ ਕੀਤੀ ਜਾਣ ਤਾਂ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਬਾਅਦ ਵਿੱਚ ਮੁੱਖ ਮੰਤਰੀ ਵੱਲੋਂ ਗਾੜ ਦੇ ਪੈਰ ਛੂਏਗੇ ਤੇ ਆਪਣੇ ਘਰ ਲਈ ਰਵਾਨਾ ਹੋ ਗਏ ਖਬਰੋਲਾਸਕ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ